कश्मीर सिंह मेरा नाम है जी। हाँ जी, अराउंड अबाउट एक पंजाह के करीब एक बंदा आया पहला, वह मुंडे तो वॉचर लिया, उन्होंने वॉचर भरता सफ्टर दूट। मैं काम करता करता वॉशरूम चला गया, जो वॉशरूम गया तो मेरा दरवाजा जोर ना खड़किया, मतलब तीन चप किसी बंदे ने खड़काया। मैं क्या पता नहीं कोई प्रॉब्लम हो गई है, कोई बंदा, हाँ कोई बंदा, मतलब कोई कस्टमर की प्रॉब्लम आ गई हैगी। मैं दरवाजा खोलिया तो बंदे गन सी, उन्हें मैंने बिठा लिया थले। तो आफ्टर दैट उन्होंने कहता किसी ने बोलना नहीं है। फिर उस बाद उन्होंने डीवीआर पूछा भी कितने पई हैगी। मैं उन्होंने मैडम पूछा, मैडम तो गन पॉइंट किया, मैडम बोली नहीं, उन्होंने पता नहीं लगा मैडम। आफ्टर दैट मैं उन्होंने दसिया भी उत्थे हैगी। उस तो बाद उन्हें साढ़े वॉल्ट जो स्ट्रोंग रूम है वो देखा, वो खुलवाया साढ़े दोनों तो, वो खुलवा के जिन्ना कैश सी साढ़े को राउंड बट वो सारा लै गया। अप्रोक्सीमेट 11.5 लाख पुलिस ने साड़ी कस्टमर से इनफॉर्म किया, इमीडिएट इनफॉर्म किया। आफ्टर दैट मैं तरसिका पुलिस में इनफॉर्म किया, जाके सॉरी मत्याल पुलिस में इनफॉर्म किया, और यहीं पर्सनली जाके किया। मैं तरसिका पुलिस को फोन करता सी पहले ही है, तरसिका पुलिस तो अलर्ट हो गई सी। हाँ जी, हाँ जी, हाँ जी। सर पहला कभी नहीं दोषी देखे, पहला फर्स्ट टाइम ही देखा गया। बंदा जरा आया, पहला बंदा आया सगा, मैंने किसी रिजेंबलेंस लगता से बंदा, बट वो मुंडा होर सी जो इतने से लोकल सेगा। अनआर्म्ड गार्ड है ਸਰ, ਪਿਸਟਲ ਸੀਗੇ ਜੀ। ਹਾਂ ਜੀ, ਕਿੰਨੇ ਬੰਦੇ ਸੀ ਟੋਟਲ? ਚਾਰ ਬੰਦੇ ਟੋਟਲ ਸੀ। ਠੀਕ ਹੈ, ਥੈਂਕ ਯੂ ਸਰ। ਇੱਥੇ ਐਕਸ ਬੈਂਕ ਹੈ ਖਜਾਲੇ ਮੋੜ ਤੇ, ਚਾਰ ਜਣੇ ਆਏ ਨੇ, ਇਹਨਾਂ ਕੋਲ ਜਿਹੜਾ ਕੈਸ਼ ਲੈ ਗਏ ਨੇ, ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ। ਉਹ ਆਏ ਨੇ ਗੱਡੀ 'ਤੇ, ਆਏ ਨੇ ਗੱਡੀ 'ਤੇ ਆ ਕੇ ਅੰਦਰ ਵੜ ਗਏ ਨੇ, ਅੰਦਰ ਵੜ ਕੇ ਇਹਨਾਂ ਨੇ ਅਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਕੋਲ ਤਕਰੀਬਨ 10 ਕੁ ਲੱਖ ਕੈਸ਼ ਲੈ ਗਏ ਨੇ। ਕਿੰਨੇ ਬੰਦੇ ਸਰ? ਇਹਨਾਂ ਦੇ ਦੱਸਣ ਮੁਤਾਬਕ 3-4 ਨੇ, ਬਾਕੀ ਵੈਰੀਫਾਈ ਕਰ ਰਹੇ ਹਾਂ ਅਸੀਂ। ਗਨ ਪੁਆਇੰਟ 'ਤੇ ਦੱਸਣ ਰਹੇ ਨੇ, ਬਾਕੀ ਵੈਰੀਫਾਈ ਕਰ ਰਹੇ ਨੇ ਸਾਰੇ ਅਫਸਰ ਆਏ ਹਾਂ ਅਸੀਂ। ਨਹੀਂ ਨਹੀਂ ਲੱਗੇ ਹਾਂ ਜੀ, ਲੱਗੇ ਹਾਂ ਵੈਰੀਫਾਈ ਕਰਨ। ਹੁਣ ਜੀ ਟੀਮਾਂ ਬਣਾਈਆਂ ਨੇ, ਬਾਕੀ ਵੈਰੀਫਾਈ ਇਹ ਲੱਗੀਆਂ, ਬਾਕੀ ਆਏ ਨੇ ਅਫਸਰ, ਆਏ ਨੇ ਟੀਮਾਂ ਬਣਾਈਆਂ ਨੇ, ਕੈਮਰੇ ਕੂਮਰੇ ਚੈੱਕ ਕਰਦੇ ਹਾਂ। ਕੰਤੇ ਰਿਵਾਲਵਰ ਰੱਖ ਲਈ ਤੇ ਤਿੰਨ ਜਣੇ ਮਗਰੋਂ ਅੰਦਰ ਆ ਗਏ ਆ, ਉਹਨਾਂ ਨੇ ਮੈਨੇਜਰ ਸਾਹਿਬ ਨੂੰ ਵੀ ਉਹਨਾਂ ਨੂੰ ਵੀ ਫੜ ਲਿਆ ਵਾ, ਤੇ ਕੈਸ਼ੀਅਰ ਦੇ ਨੂੰ ਗੋਲੀ ਮਾਰ ਦੇਣ ਲੱਗੇ, ਕੈਸ਼ੀਅਰ ਨੂੰ ਇਹਨੇ ਫੜ ਲਿਆ, ਤੇ ਬਸ ਇਹੋ ਕਹਿੰਦੇ ਜੀ ਲੈ ਕੇ ਕੈਸ਼ ਕਰਨ। ਬੰਦੇ ਸਰ ਦੋ ਸਿੱਖ ਸੀ ਤੇ ਦੋ ਮੰਨੇ ਸੀ। ਹਾਂਜੀ, ਮੈਨੂੰ ਸਰ ਉਹਨਾਂ ਨੇ ਗੋਲੀ, ਇਹਨਾਂ ਸਾਹਿਬ ਗੋਲੀ ਮਾਰ ਦੇਣੀ ਤੈਨੂੰ ਜੇ ਹਿਲਿਆ ਇੱਥੋਂ ਨੇ, ਇਹਨਾਂ ਨੂੰ ਇਹਨਾਂ ਨੇ ਇਹੋ ਗੱਲ ਆਖੀ ਵੀ ਗੋਲੀ ਮਾਰਨੀ ਜੇ ਹਿੱਲੇ ਜੇ ਕੋਈ ਵੀ, ਤੇ ਜਿਹੜਾ ਕੈਸ਼ ਆ ਸਾਨੂੰ ਦੇ ਦਿਓ। ਉਹਨਾਂ ਸਰ ਸਰ ਮੈਨੂੰ ਕੀ ਪਤਾ ਜੀ, ਸਰ ਮੈਂ ਤਾਂ ਇੱਥੇ ਵੇਖੋ ਜੀ ਗਾਰਡ ਡਿਊਟੀ ਕਰਦਾ, ਕੈਸ਼ ਦਾ ਤਾਂ ਇਹਨਾਂ ਨੂੰ ਪਤਾ ਜੀ ਜਿਹੜੇ ਕਿੰਨਾ ਕੈਸ਼ ਖੜਿਆ ਕਿੰਨਾ ਨਹੀਂ। ਸਰ ਹੁਣ ਮੈਂ ਤਾਂ ਕਿ ਗਾਰਡ ਹਾਂ ਜੀ ਇੱਕ ਸਿਵਲ, ਸਰ ਉਹਨਾਂ ਮੈਨੂੰ ਜਾਂਦਿਆਂ ਗੋਲੀ ਮਾਰ ਦੇਣ ਲੱਗੇ ਜੀ। ਹਾਂਜੀ, ਉਹ ਨਾਲ ਦਾ ਜਿਹੜਾ ਮੁੰਡਾ ਉਹ ਉਹਨੇ ਨੂੰ ਆਵਾਜ਼ ਮਾਰ ਲਈ, ਨਹੀਂ ਉਹਨਾਂ ਨੇ ਸਰ ਜਾਂਦਿਆਂ ਗੋਲੀ ਮਾਰ ਦੇਣੀ ਇਹਨਾਂ ਨੇ ਮੈਨੂੰ। ਹਾਂਜੀ, ਲੁੱਟ ਇੱਥੇ ਸਿੱਧੂਲੇਲ ਬ੍ਰਾਂਚ ਆ ਜੀ ਐਕਸਐਕਸ ਦੀ। ਸਰ ਜੀ 1:30 ਵਜੇ ਤੋਂ ਮਤਲਬ ਬਾਅਦ ਦੀ ਗੱਲ ਆ, ਇੱਕ ਬੰਦਾ ਆਇਆ, ਉਹਨੇ ਮੇਰੇ ਵੈਪਨ ਕੰਨ ਦੇ ਉੱਤੇ ਰੱਖ ਲਿਆ ਵਾ, ਮੈਨੂੰ ਕਹਿੰਦਾ ਹਿੱਲੀ ਨਾ, ਮੈਂ ਤੇਰੇ ਗੋਲੀ ਮਾਰ ਦੇਣੀ। ਅਤੇ ਤਿੰਨ ਜਿਹੜੇ ਬੰਦੇ ਉਹ ਅੰਦਰ ਲੰਘੇ ਆ, ਉਹਨਾਂ ਨੇ ਕੈਸ਼ੀਅਰ ਨੂੰ ਵੀ ਇੱਦਾਂ ਹੀ ਮਤਲਬ ਘੇਰ ਲਿਆ ਵਾ, ਅਤੇ ਮੈਨੇਜਰ ਸਾਹਿਬ ਨੂੰ ਵੀ ਉਹਨਾਂ ਨੇ ਘੇਰ ਲਿਆ ਵਾ, ਅਤੇ ਮੈਨੂੰ ਉਹਨਾਂ ਨੇ ਥੱਲੇ ਬਿਠਾ ਲਿਆ, ਅਤੇ ਉਹਨਾਂ ਕੋਲ ਚਾਬੀਆਂ ਦੀ ਮੰਗ ਕੀਤੀ ਹੈ, ਅਤੇ ਉਹਨਾਂ ਇਨਕੁਆਰੀ ਕੀਤੀ ਮੈਡਮ ਨੇ ਚਾਬੀ ਤੋਂ, ਅਤੇ ਉਹਨੇ ਮਾਰਦੇ ਗੋਲੀ ਨੂੰ, ਅਤੇ ਇਹਨੀ ਗੱਲ ਹੀ ਬਾਅਦ ਦੇ ਵਿੱਚ। ਫਿਰ ਉਹਨਾਂ ਦੇ ਸਰ ਕੋਲ ਇੱਕ ਬੰਦੇ ਕੋਲ ਦੋ ਹਥਿਆਰ ਸੀ, ਅਤੇ ਦੂਜਿਆਂ ਕੋਲ ਇੱਕ ਸੀ। ਹਾਂਜੀ ਸਰ, ਆਪਾਂ ਕਦੀ ਅੱਜ ਤੱਕ ਇਹਨਾਂ ਨੂੰ ਵੇਖੇ ਨਹੀਂ ਜੀ, ਅਲਰਟ ਹੀ ਰਹੀਦਾ ਹਰ ਟਾਈਮ।
ਸਰ ਜੀ ਇਹਨਾਂ ਨੂੰ ਵੱਧ ਤੋਂ ਵੱਧ 5-6 ਮਿੰਟ ਲਾਏ ਹੋਣਗੇ ਇਹਨੂੰ ਵੱਧ ਟਾਈਮ ਨਹੀਂ ਹਾਂਜੀ ਹਾਂਜੀ ਮੇਰੇ ਕੰਧ ਤੇ ਇਹਨਾਂ ਨੇ ਰਿਵਾਲਵਰ ਲਾਤਾ ਜੀ ਸਾਰਿਆਂ ਨੇ ਲਾਇਆ ਜੀ ਉਹਨਾਂ ਨੇ ਸਾਰਿਆਂ ਨੂੰ ਘੇਰਿਆ ਉਹਨਾਂ ਕੋਲ ਸਰ ਇੱਕ ਬੰਦੇ ਕੋਲ ਹੈਗੇ ਸੀਗੇ ਦੋ ਸੀਗੇ ਤੇ ਦੂਜਿਆਂ ਕੋਲ ਵੱਖ ਵੱਖ ਹਥਿਆਰ ਉਹਨਾਂ ਦੇ ਕੋਲ ਸੀ ਸਰ ਸਾਹਿਬ ਨੇ ਇਨਫੋਰਮ ਕੀਤਾ ਬਾਅਦ ਚ ਹਾਂਜੀ